ਮੇਰੀਆਂ ਬੀਵੀਆਂ ਭਾਵੇਂ ਮੇਰੀ ਉਹਨਾਂ ਨਾਲ ਨਹੀਂ ਬਣਦੀ ਬਾਬਾ ਜੀ ਮੈਂ ਮਸਲਾ ਕਰਦਿਆਂ ਦਵਾਂ ਜ਼ਾਲਮ ਲੋਕ ਸ਼ੋਹੇ ਲੋਕ ਅਚਾ ਦਾ ਇਹਨਾਂ ਕੋਲ ਨਵਾਂ ਨਵਾਂ ਪੈਸਾ ਆਇਆ ਤੇ ਛੋਟੀ ਤੇ ਬੱਕਰੇ ਲਾਲ ਕਰਦੇ ਬਾਬਾ 27 ਚਾਵਾਂ ਹੋ ਗਈਆਂ पूरा विच सेट भी लंघ जाएगा चुम्मी लैके चंबल दा इलाज करन वाले आ पुत्रा तू अपने हल वेख तेरे नाल कोई जिंदा इंसान बह सकता है इस टाइम ते मैं भी अपने आप नूं मरिया ही समझण दिया ਉਹ ਤਾਂ ਬਾਬਾ ਮਰੇ ਪਹਿਲਾਂ ਕਿਹੜਾ ਤੂੰ ਕੰਪਿਊਟਰ ਤੇ ਆਉਣਾ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀਆਂ ਬੀਵੀਆਂ ਤੇਰੇ ਨਾਲ ਇੰਨਾ ਪਿਆਰ ਕਰਦੀਆਂ ਨੇ ਉਹ ਮਰਨ ਤੋਂ ਮੈਨੂੰ ਯਾਦ ਆਇਆ ਇਹਦਾ ਤਾਇਆ ਮਰ ਗਿਆ ਅੱਲਾ ਮਾਫ ਕਰੇ ਮੋਟਰ ਦੇ ਐਕਸੀਡੈਂਟ ਓਏ ਅੱਲਾ ਤੇ ਉਹਨਾਂ ਐਲਾਨ ਕੀਤਾ ਭਈ ਮੋਟਰ ਵਾਲਿਆਂ ਨੇ ਇਹ ਮਰਨ ਵਾਲੇ ਲੱਖ ਲੱਖ ਰੁਪਈਆ ਤੇ ਜ਼ਖਮੀਆਂ ਨੂੰ 50-50 ਹਜ਼ਾਰ ਅੱਛਾ ਤੇ ਉੱਥੇ ਜਾ ਕੇ ਰਫੜ ਪਾਤਾ ਕਹਿੰਦਾ ਮੇਰਾ ਤਾਇਆ ਪਹਿਲਾਂ ਜ਼ਖਮੀ ਆਇਆ ਬਾਅਦ ਚ ਮਰਿਆ 1.5 ਲੱਖ ਦਿਓ ਮੈਨੂੰ ਬਾਬਾ 42 ਜਾ ਹੋ ਗਈ ਫਰਾਟੀਆ ਸੁਣੇ ਤੇਰਾ ਭਰਾ ਵੀ 2 ਲੱਖ ਲੈ ਗਿਆ ਕਹਿੰਦਾ ਮੇਰਾ ਭਰਾ ਸਾੜੀ ਗਿਆ ਸੀ मैन छिट्टे मार रहे तीन दिन इतने रहना घंटा नहीं नागा फिर तेरे अर्गे गुलूकार बाद च मां का गाना सुना के बच गए तीसरा व्याह तू करना कुड़ी मन गई है गल सुन मेरी तेरा तीसरा व्याह भी करा देगा तू पहले तीन दिन लिए अंदर ते रह पहले दो बड़े मुश्किल होए ने लेकिन तीसरा करना एना जदों व्याह होया आहो उदों मैं मुंह ते हेलमेट पा के कराया चल हुण भी हेलमेट पा ले मैं तां दस आ जा ने दिखाओ नहीं मैं इथे करना बाबा जी तो दुकानदारी चलदी ने चले के दुकानदारी एहो जी दुआ मंगे ओ दुआ मंगे ओ अल्लाह साई मेरे सदरा फल लावे जिना कदमा टुर गया है फल कदमा दुआ मंगे ओ वे अल्लाह साई मेरे सदरा चला जा बाबा जी नहीं बाबा जी जिनी उम्र हो गई अपना बाबा तुसी आप नहीं वेखिया
ਅਸੀਂ ਬਾਬਾ ਜੀ ਤੁਹਾਡੇ ਨੌਕਰ ਆ ਤੁਹਾਡੇ ਸੇਵੀ ਆ ਤੇ ਸਾਰੀ ਜ਼ਿੰਦਗੀ ਤੁਹਾਡੇ ਕੰਮ ਆ ਮਾਰ ਜਾ ਬਾਬਾ ਜੀ ਬੈਣ ਤੇ ਬੈਦਾ ਮਾਰ ਤੁਸੀਂ ਬਾਬਾ ਜੀ ਐਵੇਂ ਗੱਲ ਅਰਾ ਮਾਰ ਉੱਤਰ ਲਾਣ ਕੀ ਕਰਦੇ ਬੈਣ ਦਿਆ ਆਉਂਦੇ ਆਉਂਦੇ ਓਇਆ ਛੋਟੀ ਓ ਆ ਲੈ ਲੈ ਇਹਦੇ ਨਾਲ ਸਹੀ ਸਾਫ ਹੋ ਜਾਏਗਾ ਤੇਰਾ ਬਾਬਾ ਜੀ ਨੂੰ ਮਜ਼ਾਕ ਕਰਦੇ ਆ ਗੱਲ ਦੱਸ ਕੀ ਏ ਵਿਆਹ ਕੱਪੜੇ ਬਦਲ ਜਾ ਕੇ ਟੋਪੀ ਪਾਈਏ ਇਹੋ ਜਿਹੇ ਬੰਦੇ ਗਾਣਾ ਸੁਣਾਉਂਦੇ ਜਦੋਂ ਮਾਂ ਮਰ ਜਾਏ ਬੱਚਿਆਂ ਦੀ ਠੀਕ ਗੁਜ਼ਰਦੀ ਮੈਂ ਆ ਜਾ ਆ ਜਾ ਆ ਜਾ ਆ ਜਾ ਬਾਬਾ ਆ ਬਾਬਾ ਕੀ ਗੱਲ ਹੈ ਤੇ ਮੇਰੇ ਸ਼ੌਕ ਤੇ ਪੂਰਾ ਕਰਦੇ ਆ ਮੇਰੇ ਸ਼ੌਕ ਤਾਂ ਨਹੀਂ ਇਤਬਾਰ ਤੈਨੂੰ ਗੱਲਾਂ ਕਰਨ ਦਾ ਯਾਰ ਵੇਖੇ ਨਾ ਤਵਾਰ ਸੁਣੇ ਡਰ ਆਦਮੀ ਆ ਬਾਬਾ ਜੀ ਦੇ ਕੋਲ ਜਾ ਕੇ ਬੈਠ ਰਹੇ ਉੱਥੇ ਬਦਤਮੀਜ਼ੀ ਕਰਨ ਦਾ ਚਾਹ ਦੀ ਦੁਕਾਨ ਹੈ ਬਾਬੇ ਦਾ ਸ਼ੌਕ ਹੋ ਮੈਂ ਉਹੀ ਕਹਿਣ ਦਾ ਬੈਠ ਬੈਠ ਤੇ ਕਾਦੀ ਪ੍ਰੋਬਲਮ ਹੁੰਦੀ ਆ ਆ ਜਾ ਆ ਨਾਲ ਲੈ ਜਾਣਾ ਬਾਬੇ ਨੂੰ ਫੜਾ ਦੇ ਗੱਲ ਵਧਾਉਣ ਦੇ ਆ ਬਾਬੇ ਦਾ ਮਰੀਦ ਚਾਹ 10 ਪੀਣੀ ਆ ਦੁੱਧ ਹੈਗਾ ਜੀ ਨਹੀਂ ਘਰੋਂ ਲੈ ਕੇ ਆ ਤੂੰ ਆਪਣੇ ਵਾਲੇ ਵਡਾਤੇ ਨੇ ਹਾਂਜੀ ਤੇਰਾ ਮਸਲਾ ਕੀ ਆ ਤੇਰੀਆਂ ਮੱਚਾ ਵੀ ਪਲੇਨ ਨੇ ਥੱਲਿਓ ਹੈ ਉਹਨਾਂ ਨੂੰ ਕੋਈ ਗਰਮਾਲਾ ਫੇਰ ਕੇ ਆ ਚਾਹ ਬਣਾ ਟਗੇ ਟਗੇ ਦੀ ਚਾਹ ਬਣਾਉਣਾ ਤਾਂ ਗੱਲਾਂ ਬਾਬੇ ਕੋ 45 ਚਾਹ ਦੇ ਪੈਸੇ ਲੈਣੇ ਤੇ ਬਾਬੇ ਕੋ ਲੈ ਬਾਬੇ ਨੂੰ ਰਿਸ਼ਤਾ ਦਿੱਤਾ ਤੂੰ 45 ਚਾਹਾਂ ਦੇ ਚੱਲ ਤੂੰ ਦੇ ਦੇ ਤੂੰ ਪੀ ਲਾ ਐਡਾ ਕਮਜ਼ੋਰ ਹੈ ਤੈਨੂੰ ਕਿੱਡਾ ਕੁ ਚਾਹੀਦਾ ਐਡਾ ਕਮਜ਼ੋਰ ਹੈ ਅੱਛਾ ਜੀ ਸੀਲ ਕੁੱਕੜ ਤੇ ਬਹਿ ਕੇ ਪਿਓ ਦੇ ਕਤਲ ਦਾ ਬਦਲਾ ਲੈਣ ਚਲਾ ਗਿਆ ਉਧਰ ਹੋ ਕਾਤਾ ਉਹ ਤਾਂ ਦੁਸ਼ਮਣਾਂ ਨੂੰ ਕਹਿੰਦਾ ਬਾਹਰ ਨਿਕਲੋ ਦੁਸ਼ਮਣੋ ਉਧਰ ਜਾ ਬਾਬੇ ਨਾਲ ਨਿਪੜ ਦੋ ਉਹਨਾਂ ਨੇ ਘੋੜੇ ਨੂੰ ਭੋਰੇ ਪਾਤੇ ਓਏ ਆਪ ਉਧਰ ਖਲੋਤਾ ਘੋੜਾ ਭੋਰੇ ਖਾ ਰਿਹਾ ਸੀ ਯਾਰ ਉਧਰ ਜਾ ਬਾਬੇ ਕੋਲ ਐਡਾ ਕਮਜ਼ੋਰ ਹੈ ਸ਼ਰਾਬ ਪੀ ਕੇ ਕੁਕੜੀਆਂ ਦੇ ਖੁੱਡੇ 'ਚ ਵੜ ਗਿਆ ਕਹਿੰਦਾ ਅੱਜ ਇਸ ਤਾਈਂ ਲੁੱਟਾਂਗੇ पिछले दिन बीमार मैं खबर लैन गया बोतल लगी बोतल लम्मी पई से टंगे ਮੈਂ ਕਿਹਾ ਕੀ ਹੋਇਆ ਕਹਿੰਦਾ ਜੀ ਵੱਧ ਲੱਗੀ ਸੀ ਕੱਢਣ ਡਏ ਤੇ ਉਧਰ ਜਾ ਵੱਧ ਲੱਗੀ ਸੀ ਚੱਲ ਕੋਈ ਗੱਲ ਨਹੀਂ ਕੀ ਹੋ ਗਿਆ ਐਡਾ ਕਮਜ਼ੋਰ ਹੈ ਹਾਏ ਓਏ ਹੋਏ ਇਹ ਹੁਣ ਐਡਾ ਕਮਜ਼ੋਰ ਹੈ ਇਹ ਸੋਚ ਜਦੋਂ ਪੈਦਾ ਹੋਇਆ ਹੋਗਾ ਉਦੋਂ ਕਿੰਨਾ ਕੁ ਹੋਏਗਾ ਅੱਛਾ ਜੀ ਇੰਨਾ ਕਿ ਸੀ ਕਿ ਹੋਰ ਮਾਵਾਂ ਬੱਚਿਆਂ ਨੂੰ ਪੈਂਪਰ ਲਾਉਂਦੀਆਂ ਨੇ ਨਾ ਇਹਦੀ ਮਾਂ ਇਹਨੂੰ ਸਨੀ ਪਲਾਸ ਲਾਉਂਦੀ ਸੀ ਇਹਦੇ ਕਰਕੇ ਉਹ ਵੀ ਫੁੱਲਾ ਰਹਿ ਜਾਂਦੇ ਸੀ ਨਾਲ ਤੀਲੀਆਂ ਰੱਖਦੀ ਸੀ ਹਾਂ ਇਹ ਜਦੋਂ ਪੈਦਾ ਹੋਇਆ ਤਾਈ ਨੇ ਪੈਸੇ ਨਹੀਂ ਲੈ ਕੇ ਨਹੀਂ ਪੈਣਾ ਐਡਾ ਕਿ ਬੱਚਾ ਇਹਦਾ ਮੈਂ ਕੀ ਲਵਾਂ ਉਹਨੇ ਕਿਹਾ ਹੌਸ ਲੈ ਜਿੰਨਾ ਜੋ ਲੈਣਾ ਤੂੰ ਤੇ ਜਾ ਰਹੇ ਨਾ ਘੁਲਦਾ ਰਿਆਂ ਹਾਂ ਤੇ ਤੂੰ ਬਿਮਾਰੀ ਨਾ ਘੁਲਦਾ ਰਿਆਂ ਨਹੀਂ ਮੈਂ ਬਾਬੇ ਨਾਲ ਘੁਲਦਾ ਰਿਆਂ ਐਡਾ ਮਾੜਾ ਐਡਾ ਕਮਜ਼ੋਰ ਏ ਕਾਹ ਹੱਥ ਲਾ ਕੇ ਤਗੜਾ ਕਰ ਲਾ ਕਾਹਦਾ ਰੌਲਾ ਪਾਉਂਦੇ ਆ